ਜੀ ਸਰ। ਹਾਂਜੀ, ਮੈਂ ਦੀਪਕ ਗੁਪਤਾ, ਸਾਨੂੰ ਸ਼੍ਰੀ ਬਲਦੇਵ ਸਿੰਘ ਗੁਪਤਾ, ਪੋਸਟ ਆਫਿਸ ਰੋਡ ਨਕੋਦਰ। ਮੈਂ ਹਿੰਦੂ ਬੈਂਕ ਦਾ ਮੈਂਬਰ ਹਾਂ, ਮੈਂਬਰਸ਼ਿਪ ਨੰਬਰ 857। ਮੈਨੂੰ ਥੋੜ੍ਹੀ ਜਿਹੀ ਜਾਣਕਾਰੀ ਹਾਸਿਲ ਹੋਈ ਸੀਗੀ ਵੀ ਇਹ ਕਾਫੀ ਇੱਥੇ ਆਪਣੇ ਕੱਪੜੇਬਾਜ਼ੀ ਹੋ ਰਹੀ ਹੈ ਬੈਂਕ 'ਚ, ਜਿਸ ਦਾ ਯਾਨੀ ਡੀ ਆਰ ਸਾਹਿਬ ਨੇ ਹਾਈਕੋਰਟ 'ਚੋਂ ਕਾਫੀ ਇਹਦੇ ਬਾਰੇ ਯਾਨੀ ਹਰਿਮਤ ਕਿਹੜਾ ਸੰਬੰਧੀ ਹੈ ਪ੍ਰਧਾਨ ਉਹਦੇ ਬਰਖਿਲਾਫ਼ ਕਾਫੀ ਅਤੇ ਯਾਨੀ ਕਿ ਪੈਸਿਆਂ ਦਾ ਕਿੱਦਾਂ 3 ਕਰੋੜ ਅਤੇ 35,80,317 ਕੱਪੜੇਬਾਜ਼ੀ ਹੋਈ ਸੀ। ਉਹਦੀ ਮੈਂ ਕਾਪੀ ਲੈ ਕੇ ਆਇਆ ਡੀ ਆਰ ਸਾਹਿਬ ਤੋਂ, ਕਿਹੜੀ ਮੈਂ ਤੁਹਾਨੂੰ ਦੇ ਰਿਹਾ ਜੀ। ਅਤੇ ਸਰ ਤੁਸੀਂ ਕੀ ਮੰਗ ਕਰਦੇ ਹੋ? ਮੰਗ ਤਾਂ ਅਸੀਂ ਮਹਿਕਮੇ ਤੋਂ, ਮਹਿਕਮਾ ਬਹੁਤ ਵਧੀਆ ਕੰਮ ਕਰ ਰਿਹਾ ਜੀ, ਕਿਹੜੀ ਯਾਨੀ ਕਿ ਪੂਰੀ ਛਾਣਬੀਨ ਕਰ ਰਿਹਾ ਅਤੇ ਮਹਿਕਮੇ ਨੇ ਇਹਨਾਂ ਨੂੰ ਆਪਣੇ ਸੀਜ਼ ਵੀ ਕਰਤਾ ਆ ਡੀ ਆਰ ਸਾਹਿਬ ਨੇ। ਇਹਦੇ ਵਿੱਚ ਦੋਸ਼ੀ ਕਿੰਨੇ ਪਾਏ ਗਏ? ਦੋਸ਼ੀ ਯਾਨੀ ਦੇਖੋ ਜੀ, ਪ੍ਰਧਾਨ ਦੀ ਹੈ ਯਾਨੀ ਸਾਰੀ ਰਿਸਪੋਂਸੀਬਿਲਟੀ ਹੁੰਦੀ ਹੈ ਜੀ, ਉਹਨਾਂ ਨੇ ਯਾਨੀ ਕਿ ਸੀਜ਼ ਕਰਤਾ ਆ। ਜੇ ਸਭ ਕੁਛ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਅੱਜ ਪ੍ਰੈਸ ਕਾਨਫਰੰਸ ਕਰਨ ਦਾ ਕੀ ਲੋੜ ਪੈ ਗਈ ਸੀ? ਨਹੀਂ, ਕਾਪੀ ਦੇਣੀ ਸੀ ਯਾਨੀ ਹਾਲੇ ਸ਼ਹਿਰ ਨੂੰ ਪਤਾ ਲੱਗੇ ਨੇ, ਸਾਰਿਆਂ ਨੂੰ ਪਤਾ ਲੱਗੇ ਵੀ ਹਾਲੇ ਵੀ ਯਾਨੀ ਕਿ ਆਪਣੇ ਚੇਅਰਮੈਨ ਦੀ ਸੀਟ 'ਤੇ ਬੈਠ ਰਿਹਾ ਜਦਕਿ ਪ੍ਰਧਾਨ ਹਰਿਮਤ ਸੰਧੀ। ਅੱਛਾ ਜੀ, ਉਹਨੂੰ ਜਦਕਿ ਨਹੀਂ ਬੈਠਣਾ ਚਾਹੀਦਾ, ਮਹਿਕਮੇ ਨੇ ਉਹਨੂੰ ਸਸਪੈਂਡ ਕਰਤਾ ਆ ਹਾਈਕੋਰਟ ਤੋਂ ਵੀ ਯਾਨੀ ਉਹਦੀ ਕਿਹੜੀ ਅਪੀਲ ਆ ਰੱਦ ਹੋ ਚੁੱਕੀ ਹੈ। ਇੱਥੇ ਦੇ ਕਾਪੀ ਦੇ ਆਰਡਰਾਂ ਦੇ ਵਿੱਚ ਲਿਖਿਆ ਕਿ 12 ਸਾਲ ਦੀ ਉਮਰ ਹੋ ਚੁੱਕੀ ਹੈ ਜਿਹੜਾ ਸੀਈਓ ਉਹ ਤਾਂ ਸੀਈਓ ਆ ਜੀ, ਉਹਨੂੰ ਵੀ ਇਹੀ ਰੱਖ ਰਿਹਾ ਨੇ, ਬਾਬਾ ਮਨਜ਼ੂਰੀ ਦੇ ਰਿਹਾ ਜੀ ਉਹਨੂੰ। ਅਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ? ਅੱਜ ਕਿ ਉਹਨੂੰ ਵੀ ਯਾਨੀ ਕਿ ਰਿਲੀਜ਼ ਕੀਤਾ ਜਾਵੇ ਬੈਂਕ 'ਚੋਂ। ਅਤੇ ਤੁਸੀਂ ਇਹ ਦੱਸਿਓ ਜੀ, ਜਿਹੜਾ ਇਹਨਾਂ ਇਹ ਜਿਹੜੀ ਤੁਸੀਂ ਜਿਹੜੀ ਪਾਰਟੀ ਦਾ ਰੋਲ ਲਾ ਰਹੇ ਆ, ਕਿ ਉਹਨਾਂ ਦੇ ਕੋਈ ਸੁਪਰੀਮ ਕੋਰਟ ਵੱਲੋਂ ਕੋਈ ਸਟੇਅ ਵੀ ਹੈ ਲਿਆ ਉਹਨਾਂ ਨੇ? ਵੀ ਮੈਨੂੰ ਹਾਈਕੋਰਟ ਦੇ ਬਾਰੇ ਨਹੀਂ ਪਤਾ ਜੀ, ਮੈਂ ਤਾਂ ਡੀ ਆਰ ਸਾਹਿਬ ਤੋਂ ਕਾਪੀ ਲੈ ਕੇ ਆਇਆ ਅਤੇ ਹਾਈਕੋਰਟ ਦਾ ਹੀ ਜਿਗਰ ਆ ਜੀ। ਅਤੇ ਡਾਇਰੈਕਟਰ ਜਿਹੜੇ ਕੋਪਰੇਟਿਵ ਬੈਂਕਾਂ ਦੇ ਸੁਸਾਇਟੀ ਦੇ ਡਾਇਰੈਕਟਰਾਂ ਵੱਲੋਂ ਵੀ ਕੋਈ ਸਟੇਅ ਆ ਇਸ 'ਤੇ? ਇਹਨੇ ਲਿਆ ਸੀਗਾ ਜੀ, ਇਹਨੇ ਸਟੇਅ ਲਿਆ ਸੀਗਾ, ਨਹੀਂ ਨਹੀਂ ਖਤਮ ਹੋ ਗਿਆ, ਜਿਵੇਂ ਹਾਈਕੋਰਟ ਵੱਲੋਂ ਅਪੀਲ ਇਹਦੀ ਰੱਦ ਹੋ ਚੁੱਕੀ ਹੈ ਜੀ। ਅੱਛਾ ਜੀ, ਹਾਂਜੀ ਸੋਨੀ ਸਾਹਿਬ, ਸੋਨੀ ਸਾਹਿਬ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਆ ਕਰਤਾਰ ਕਲੱਬ ਦੇ ਵਿੱਚ ਦੀਪਕ ਗੁਪਤਾ ਜੀ ਵੱਲੋਂ, ਹਾਂਜੀ, ਉਸਦੇ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰਾ ਬਿਆਨ ਤਾਂ ਨਾ, ਮੈਂ ਹਰਿਮਤ ਸੋਨ ਦੀ ਬਿਆਨ ਕਰਦਾ ਹਾਂ ਕਿ ਮੈਂ ਪ੍ਰੈਸ ਕਾਨਫਰੰਸ ਬੈਂਕ ਅਤੇ ਮੇਰੇ ਖਿਲਾਫ ਦੀਪਕ ਗੁਪਤਾ ਨੇ ਕੀਤੀ ਹੈ, ਉਸ ਵਿੱਚ ਸਾਰੇ ਹੀ ਲੱਗੇ ਗਏ ਦੋਸ਼ ਬੇਮਨਿਆਦ ਹਨ। ਜੋ ਦੋਸ਼ ਮੇਰੀ ਸ਼ਕਤੀਆਂ ਦੀ ਦੁਰਵਰਤੋਂ ਕਰਦੇ ਹੋਏ ਲਗਾਏ ਗਏ 3,35,00,000 ਦੇ ਫੰਡ ਕਰਨ ਸੰਬੰਧੀ ਲਗਾਏ ਗਏ ਹਨ, ਉਹ ਸਰਾਸਰ ਗਲਤ ਹੈ। ਮੇਰੇ ਵੱਲੋਂ ਕਿਸੇ ਵੀ ਸ਼ਕਤੀ ਦਾ ਦੁਰਵਰਤੋਂ ਨਹੀਂ ਕੀਤੀ ਗਈ। ਮੈਂ ਆਪਣੇ ਦਾਇਰੇ ਵਿੱਚ ਰਹਿੰਦੇ ਬੈਂਕ ਦੇ ਹਿੱਤ ਨੂੰ ਦੇਖਦੇ ਹੋਏ ਰੱਖਦੇ ਹੋਏ ਫੈਸਲੇ ਬੋਰਡ ਆਫ ਡਾਇਰੈਕਟਰ ਸਾਹਿਬ ਦੀ ਵੱਲੋਂ ਕੀਤੇ ਗਏ ਹਨ। ਮੇਰੀ ਮੁਤਲੀ ਸੰਬੰਧੀ ਮੈਂ ਮਾਨਯੋਗ ਸੰਯੁਕਤ ਰਜਿਸਟਰ ਸਰਕਾਰੀ ਸਭਾਵਾਂ ਜਲੰਧਰ ਵਿੱਚ ਇਹ ਅਪੀਲ ਕੀਤੀ ਹੋਈ ਹੈ। ਇਸ ਕੇਸ ਵਿੱਚ ਇਹਨਾਂ ਦੇ ਦੋਸ਼ਾਂ ਦੀ ਅਸਾਥ ਅਤੇ ਮਾਨਯੋਗ ਹਾਈਕੋਰਟ ਨੇ ਸ਼੍ਰੀ ਭੁਪਿੰਦਰ ਸਿੰਘ ਨਿੱਜਰ ਵੱਲੋਂ ਸਟੇਅ ਹੋ ਗਿਆ ਹੈ। ਤੁਹਾਡਾ ਕੀ ਹੁੰਦਾ ਹੈਗਾ ਬੈਂਕ 'ਚ? ਬੈਂਕ 'ਚ ਮੈਂ ਬਤੌਰ ਚੇਅਰਮੈਨ। ਕੀ ਨਾਮ ਜੀ ਆਪਣਾ? ਹਰਿਮਤ ਸੋਨੀ। ਹਾਂਜੀ ਸਰ,
ਸਰ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਰਤਾਰ ਕਲੱਬ ਦੇ ਵਿੱਚ ਦੀਪਕ ਗੁਪਤਾ ਜੀ ਵੱਲੋਂ ਜੀ, ਅਤੇ ਉਹਦੇ ਵਿੱਚ ਜਿਹੜੇ ਕਿ ਤੁਹਾਡੇ 'ਤੇ ਆਰੋਪ ਲੱਗੇ ਹੈਗੇ, ਇੱਕ ਤੁਹਾਡੇ ਚੇਅਰਮੈਨ ਜਿਹੜੇ ਹੈਗੇ ਆ ਹਰਿਮਿੰਦਰ ਸੋਧੀ ਜੀ, ਉਹਨਾਂ 'ਤੇ ਵੀ ਲੱਗੇ ਆ, ਕੀ ਕਹਿਣਾ ਚਾਹੋਗੇ ਤੁਸੀਂ? ਜੋ ਆਰੋਪ ਪ੍ਰੈਸ ਕਾਨਫਰੰਸ ਬਾਰੇ ਮੈਨੂੰ ਜਾਣਕਾਰੀ ਮਿਲੀ ਆ, ਦੀਪਕ ਗੁਪਤਾ ਨੇ ਆਪਣੇ ਸਾਡੇ ਹਰਿਮਿੰਦਰ ਸੋਧੀ ਚੇਅਰਮੈਨ ਦੇ ਖਿਲਾਫ਼ ਕੀਤੇ ਦੋਸ਼ ਲਗਾਏ ਗਏ ਹਨ, ਉਹ ਸਰਾਸਰ ਗਲਤ ਹਨ। ਅਤੇ ਸਰ ਇੱਕ 3,35,00,000 ਕੁਛ ਰੁਪਏ ਦਾ ਜਿਹੜਾ ਆਪਣੇ ਉਹਨਾਂ ਨੇ ਕਿਹਾ ਕਿ ਆਰੋਪ ਲਗਾਏ ਗਏ ਨੇ, ਘਪਲਾ ਕੀਤਾ ਗਿਆ ਬੈਂਕ ਦੇ ਵਿੱਚ, ਉਹਦਾ ਕੀ ਹੈਗਾ? ਉਹ ਕਿਸੇ ਵੀ ਹਾਲਤ ਦੇ ਵਿੱਚ 3,35,00,000 ਬਣਦਾ ਹੀ ਨਹੀਂ। ਜੋ ਸਾਡੇ ਡੀ ਆਰ ਸਾਹਿਬ ਜਾਂ ਦੂਸਰੇ ਵੱਲੋਂ ਉਹਨਾਂ ਨੇ ਇੱਕ ਇੱਕ ਖਾਤੇ ਨੂੰ ਦੋ ਦੋ ਵਾਰੀ ਪਾ ਕੇ ਉਹਦੇ ਵਿੱਚ ਵਿਆਜ ਇਨਫੈਕਟ ਕੀਤਾ ਗਿਆ, ਅਸੀਂ ਉਹ ਦੱਸ ਸਕਦੇ ਹਾਂ ਕਿ ਕਿਹੜੇ ਕਿਹੜੇ ਦੋ ਕੇਸ ਜਿਹੜੇ ਉਹਨਾਂ ਨੇ ਦੁਬਾਰਾ ਕਾਊਂਟ ਕੀਤੇ ਹੋਏ। ਸਰ ਹੁਣ ਤੁਸੀਂ ਕੀ ਅਗਲੀ ਕਾਰਵਾਈ ਤੁਹਾਡੀ ਕਿਵੇਂ? ਸਾਡੀ ਅਪੀਲ ਕੀਤੀ, ਸਾਡੇ ਚੇਅਰਮੈਨ ਸਾਹਿਬ ਨੇ ਜੇ ਆਰ ਸਾਹਿਬ ਦੇ ਮਾਨਜੋ ਜੇ ਆਰ ਸਾਹਿਬ ਦੇ ਅਪੀਲ ਕੀਤੀ ਹੋਈ ਹੈ, ਔਰ ਇਸੇ ਕੇਸ ਦੇ ਸੰਬੰਧ ਵਿੱਚ ਇਹਨਾਂ ਦੋਸ਼ਾਂ ਦੇ ਆਧਾਰ 'ਤੇ ਹੀ ਸਾਡੇ ਜੋ ਵਾਈਸ ਚੇਅਰਮੈਨ ਭੁਪਿੰਦਰ ਨਿੱਜਰ ਹਨ ਉਹਨਾਂ ਨੂੰ ਹਾਈ ਕੋਰਟ ਤੋਂ ਸਟੇਅ ਹੋਇਆ ਹੋਇਆ। ਇੱਕ ਤੁਹਾਡੇ 'ਤੇ ਵੀ, ਤੁਸੀਂ ਮੈਨੇਜਰ ਬੈਂਕ ਦੇ ਸੀਓ ਹੋ ਅਤੇ ਤੁਹਾਡੇ ਲੱਗਿਆ ਵੀ 62 ਸਾਲ ਦੀ ਉਮਰ ਤੋਂ ਬਾਅਦ ਵੀ ਤੁਸੀਂ ਆਪਣੀ ਹਜੇ ਤੱਕ ਵੀ ਆਪਣੀ ਕੁਰਸੀ 'ਤੇ ਬੈਠੇ ਹੋ। ਸਰ ਇਸ ਆਪਣੇ ਦੂਸਰਾ ਪੋਸਟ ਦੇ ਸੰਬੰਧ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੋ 65 ਸਾਲ ਦੀ ਏਜ ਸੀਓ ਕਰ ਸਕਦਾ ਆਪਣੇ ਐਜ਼ ਏ ਸੀਓ ਕਿਸੇ ਵੀ ਅਰਬਨ ਕੋਆਪਰੇਟਿਵ ਬੈਂਕ ਦੇ ਵਿੱਚ, ਔਰ ਇਹ ਸਾਡੇ ਰਿਜ਼ਰਵ ਬੈਂਕ ਔਰ ਆਰ ਸੀ ਐੱਸ ਦੀ ਟੈਫਕਵ ਦੀ ਮੀਟਿੰਗ ਦੇ ਵਿੱਚ ਪਾਸ ਹੋ ਚੁੱਕਿਆ, ਔਰ ਮੈਨੂੰ 2 ਸਾਲ ਦੀ ਐਕਸਟੈਂਸ਼ਨ 63 ਸਾਲ ਪੂਰੇ ਹੋਣ ਤੋਂ ਬਾਅਦ ਬੋਰਡ ਆਫ ਡਾਇਰੈਕਟਰ ਨੇ ਮਤਾ ਪਾਇਆ ਹੋਇਆ, ਮੈਂ ਉਸੇ ਆਧਾਰ 'ਤੇ ਹੀ ਨੌਕਰੀ ਕਰ ਰਿਹਾ, ਔਰ ਇਹ ਆਰ ਸੀ ਐੱਸ ਔਰ ਟੈਫਕਵ ਦੀ ਮੀਟਿੰਗ ਵਿੱਚ ਪਾਸ ਕੀਤਾ ਹੋਇਆ। ਸਰ ਇਹ ਮਤਾ ਪਾਸ ਹੋ ਚੁੱਕਾ ਹੈ? ਮਤਾ ਪਾਸ ਹੋ ਚੁੱਕਿਆ।